ਇਹ ਤਸਵੀਰਾਂ ਪੰਜਾਬ ਦੇ ਹੜ੍ਹ ਪੀੜਤ ਪਿੰਡਾਂ ਦੀਆਂ ਨੇ ਜਿੱਥੇ ਪੰਜਾਬ ਦੀ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਲਈ ਪੂਰੇ ਪੰਜਾਬ ਜਾਣਿਆ ਜਾਂਦਾ ਹੈ। ਤਸਵੀਰਾਂ ਮਸ਼ਹੂਰ ਅਦਾਕਾਰਾ ਹਿਮਾਂਸੀ ਖੁਰਾਨਾ ਦੀਆਂ ਨੇ ਜੋ ਖਾਲਸਾ ਐਡ ਵਾਲਿਆਂ ਨਾਲ ਪਿੰਡਾਂ 'ਚ ਰਾਹਤ ਸਮੱਗਰੀ ਬਣ ਰਹੀ ਸੀ। ਇਸੇ ਦੌਰਾਨ ਹਿਮਾਂਸੀ ਦਾ ਟਾਕਰਾ ਇੱਕ ਅਜਿਹੇ ਪਰਿਵਾਰ ਨਾਲ ਹੋਇਆ ਜਿਸ ਦੀ ਗੱਲ ਸੁਣ ਕੇ ਹਿਮਾਂਸੀ ਦੀਆਂ ਅੱਖਾਂ ਭਰ ਆਈਆਂ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਰਹੀ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਲਾਈਫ ਜੈਕਟ ਪਾ ਕੇ ਕਿਸ਼ਤੀ 'ਤੇ ਸਵਾਰ ਹਿਮਾਂਸੀ ਖੁਰਾਨਾ ਕੋਠੇ 'ਤੇ ਚੜ੍ਹੇ ਪਰਿਵਾਰ ਨਾਲ ਗੱਲਬਾਤ ਕਰਕੇ ਸਾਰਾ ਹਾਲ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਕੁਝ ਅਜਿਹਾ ਹੁੰਦਾ ਹੈ ਕਿ ਹਿਮਾਂਸੀ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਜਦੋਂ ਖੁਦ ਮੁਹਤਾਜ ਬੈਠੇ ਲੋਕਾਂ ਨੇ ਚੜ੍ਹਦੀ ਕਲਾ ਦਾ ਵਿਖਾਵਾ ਕਰਦਿਆਂ ਰਾਹਤ ਸਮੱਗਰੀ ਭੇਟ ਕਰਨ ਆਈ ਹਿਮਾਂਸੀ ਖੁਰਾਨਾ ਨੂੰ ਚਾਹ ਪੀ ਕੇ ਜਾਣ ਦੀ ਗੱਲ ਕਹੀ। ਮੱਝਾਂ ਤੁਹਾਡੇ ਪਸ਼ੂ ਸੀਗੇ, ਰੁੜ ਗਏ। ਅਰੇ ਸਿੱਧਾ ਹੋ, ਇਧਰ ਆਓ ਯਾਰ, ਪਿੱਛੇ ਤੁਮ ਉਧਰ ਕਹਾਂ ਜਾ ਰਹੇ ਹੋ? ਪਾਣੀ ਇੱਕਦਮ ਇੰਨਾ ਆਇਆ ਨਾ, 5 ਫੁੱਟ ਆਇਆ ਇੱਕਦਮ ਸਾਹਮਣੇ। ਉਹ ਮੈਂ ਇੱਕਦਮ ਸਾਹਮਣੇ, ਤੁਹਾਨੂੰ ਕੋਈ ਦੱਸਿਆ ਨਹੀਂ ਕਿਸੇ ਨੇ ਆ ਕੇ ਵੀ ਪਾਣੀ ਆ ਰਿਹਾ? ਦੱਸਿਆ ਸੀਗਾ ਪਰ ਸਰ ਤੋਂ ਸੰਭਲੇ ਨਹੀਂ ਗਿਆ। ਸਾਨੂੰ ਇਹ ਜੀ ਜਾਈਏ ਕਿੱਥੇ? ਘੁਮਾਓ ਆ, ਦਰਿਆ ਮਗਰ ਹੀ ਆ ਹਣਾ ਜੀ, ਬੋਰ ਸੇ ਮਗਰ ਇਧਰ ਹੈਗਾ। ਫਿਰ ਆਓ ਟੁੱਟਾ ਐਸੇ ਸਿੱਧਾ ਆਤੇ ਰਹੋ, ਸਿੱਧੇ ਆਤੇ ਰਹੋ, ਮੈਂ ਦਿਖ ਜਾਊਂਗਾ ਤੁਹਾਨੂੰ। ਐਸੇ ਵੀ ਦਰਿਆ ਜਦੋਂ 5 ਫੁੱਟ ਆਇਆ ਨਾ ਪਾਣੀ, ਉਦੋਂ ਸਿੱਧੇ ਆਤੇ ਰਹੋ, ਸਿੱਧੇ ਆਤੇ ਰਹੋ, ਪਲੇਟ ਦਿਖ ਰਹੇ ਬਹੁਤ ਸਾਰੇ। ਫਿਰ ਵੀ ਧੰਨਵਾਦ, ਤੁਸੀਂ ਸਾਨੂੰ ਚਾਹ ਪੁੱਛੀ, ਕੋਈ ਗੱਲ ਨਹੀਂ। ਦੱਸਦੇ ਕਿ ਪੰਜਾਬ ਇਸ ਵੇਲੇ ਹੜ੍ਹਾਂ ਦਾ ਹਾਲ ਇਹ ਹੈ ਕਿ ਕਈ ਪਿੰਡਾਂ 'ਚ ਅਜੇ ਵੀ 5-5 ਫੁੱਟ ਤੋਂ ਲੈ ਕੇ 15-15 ਫੁੱਟ ਪਾਣੀ ਚੜ੍ਹਿਆ ਹੋਇਆ ਹੈ। ਪਰ ਇਸ ਵੀਡੀਓ ਨੇ ਇੱਕ ਵਾਰ ਫਿਰ ਪੰਜਾਬੀਆਂ ਦੀ ਚੜ੍ਹਦੀ ਕਲਾ ਦਾ ਦਿਖਾਵਾ ਕੀਤਾ ਹੈ। ਬਿਊਰੋ ਰਿਪੋਰਟ, ਹਕੀਕਤ ਟੀਵੀ।